ਪੜ੍ਹਦੀ ਹਿੰਦੀ ਦੇ ਵਿੱਚ ਨਾ ਅੰਗਰੇਜ਼ੀ ਵਰਤੀ ਨਾ ਅੰਗਰੇਜ਼ੀ ਸੈਕਸ਼ਨ ਦੇ ਵਿੱਚ ਕਦੇ ਮੈਂ ਹੋਈ ਪਰਤੀ ਜਿਹੜਾ ਬੋਲੇ ਪੰਜਾਬੀ ਬੋਲੀ ਜਿੰਦੇ ਉਹਦੇ ਨਾ ਕਰਤੀ। ਸਤਿ ਸ਼੍ਰੀ ਅਕਾਲ ਜੀ, ਲੈ ਕੇ ਆਇਆ ਜੀ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਗੱਲਾਂ ਵਿੱਚ ਗੁਲਾਬੋ। ਸਵਾਗਤ ਹੈ ਜੀ ਤੁਹਾਡਾ ਆਪਣੇ ਫੇਵਰੇਟ ਸ਼ੋਅ ਦੇ ਵਿੱਚ। ਅੱਜ ਆਪਾਂ ਗੱਲਬਾਤ ਕਰਨੀ ਜੀ ਪੰਜਾਬੀ ਬੋਲੀ ਬਾਰੇ। ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਬੋਲੀ ਸਿਖਾਉਣੀ ਹੈ। ਅੱਜ ਆਪਾਂ ਇਹ ਵੇਖਣਾ ਵੀ ਜਿਹੜੇ ਬਾਹਰ ਬੈਠੇ ਨੇ ਉਹ ਆਪਣੀ ਇਸ ਪੰਜਾਬੀ ਬੋਲੀ ਨੂੰ, ਮਾਂ ਬੋਲੀ ਨੂੰ, ਸਾਡੀ ਸਾਰਿਆਂ ਦੀ ਬੋਲੀ ਨੂੰ ਕਿੰਨਾ ਕੁ ਪਿਆਰ ਕਰਦੇ ਨੇ। ਫੋਨ ਚੱਕਣਾ ਜੀ, ਗੱਲ ਕਰਨੀ ਹੈ ਜੀ ਤੁਸੀਂ 3 4 7 2 5 2 1 2 3 2 ਅਤੇ ਗੌਰ ਇਸ ਗੱਲ 'ਤੇ ਕਰਨਾ ਵੀ ਜਦੋਂ ਤੁਸੀਂ ਮੈਨੂੰ ਫੋਨ ਕਰਨਾ ਤਾਂ ਤੁਸੀਂ ਅੰਗਰੇਜ਼ੀ ਦਾ ਵਰਤ ਕੋਈ ਨਹੀਂ ਵਰਤਣਾ, ਅੰਗਰੇਜ਼ੀ ਸ਼ਬਦ ਕੋਈ ਨਹੀਂ ਵਰਤਣਾ, ਤੁਸੀਂ ਸਿਰਫ ਪੰਜਾਬੀ ਬੋਲਣੀ ਆ। ਸਿਰਫ ਹੈਲੋ ਜਿਹੜੀ ਹੈਗੀ ਆ ਉਹ ਤੁਹਾਡੀ ਮੈਂ ਮਨਜ਼ੂਰ ਕਰ ਲਵਾਂਗੀ ਜੀ ਅੰਗਰੇਜ਼ੀ ਦੇ ਵਿੱਚ, ਉਸ ਤੋਂ ਬਾਅਦ ਸਿਰਫ ਪੰਜਾਬੀ ਬੋਲਣੀ ਆ। ਅਸੀਂ ਤਾਂ ਆਪਾਂ ਚੈੱਕ ਕਰਨਾ ਵੀ ਤੁਸੀਂ ਕਿੰਨੀ ਕੁ ਪੰਜਾਬੀ ਬੋਲਦੇ ਹੋ। ਚਲੋ ਮੈਂ ਤਾਂ ਮਾੜੀ ਮੋਟੀ ਅੰਗਰੇਜ਼ੀ 'ਚ ਬੋਲ ਵੀ ਲਾਊਂ ਤੁਹਾਨੂੰ ਕਨਫਿਊਜ਼ ਕਰਨ ਦੇ ਵਾਸਤੇ, ਪਰ ਤੁਸੀਂ ਸਿਰਫ ਪੰਜਾਬੀ ਬੋਲਣੀ ਆ। ਮੈਂ ਤਾਂ ਇਹ ਵੇਖਣਾ ਵੀ ਚਲੋ ਤੁਸੀਂ ਤਾਂ ਬੋਲੂਗੇ, ਤੁਹਾਡੇ ਜਿਹੜੇ ਬੱਚੇ ਨੇ, ਜਿਹੜੀ ਅਗਲੀ ਜਨਰੇਸ਼ਨ ਹੈ ਉਹ ਯੋ ਕਰਦੀ ਆ ਕਿ ਮਤਲਬ ਬਾਹਰ ਆ ਕੇ ਪੰਜਾਬ ਨੂੰ ਆ ਕੇ ਉਹ ਬੋਲ ਲੈਂਦੀ ਆ ਪੰਜਾਬੀ। ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਕਿੰਨੀ ਕੁ ਵਾਰੀ ਆਪਣੇ ਬੱਚਿਆਂ ਨੂੰ ਪੰਜਾਬ ਲੈ ਕੇ ਆਉਂਦੇ ਹੋ, ਸਿਰਫ ਇਸੇ ਕਰਕੇ ਕਿ ਉਹਨਾਂ ਨੂੰ ਪੰਜਾਬੀ ਕਲਚਰ ਨਾਲ ਜੁੜਿਆ ਵੇਖਣਾ ਚਾਹੁੰਦੇ ਹੋ, ਨਾਲ ਉਹਨਾਂ ਨੂੰ ਪੰਜਾਬੀ ਬੋਲਣਾ ਸਿਖਾਉਂਦੇ ਹੋ। ਅੱਛਾ ਪੰਜਾਬ ਆ ਕੇ ਉਹ ਕਿੱਦਾਂ ਕਰਦੇ ਹੋਣੇ? ਮੈਂ ਤਾਂ ਇਹ ਸੋਚਦੀ ਹਾਂ ਵੀ ਇੱਥੇ ਗੋਬਰ ਵੇਖਿਆ ਅਤੇ ਇੱਦਾਂ, ਹੈ ਨਾ, ਉਹ ਸੋਚਦੇ ਹੋਣੇ ਮੰਮੀ ਓ ਮਾਈ ਗੋਡ ਦੇਖੋ ਕਿੱਡਾ ਵੱਡਾ ਸ਼ਿਟ ਆ, ਇੱਦਾਂ ਤਾਂ ਨਹੀਂ ਕਰਦੇ। ਅੱਛਾ ਮੈਂ ਦੇਖਿਆ ਵੀ ਉੱਥੇ ਜਿਹੜੇ ਤੁਸੀਂ ਬਾਹਰ ਰਹਿੰਦੇ ਹੋ ਉੱਥੇ ਗੁਰੂ ਘਰਾਂ ਦੇ ਵਿੱਚ ਸਪੈਸ਼ਲੀ ਪੰਜਾਬੀ ਸਿਖਾਈ ਜਾਂਦੀ ਆ, ਹੈ ਨਾ, ਸਿਰਫ ਇਸੇ ਕਰਕੇ ਕਿ ਜਿਹੜੇ ਇੱਧਰ ਦੇ ਲੋਕ ਨੇ ਜਾਂ ਬਾਹਰ ਦੇ ਲੋਕ ਨੇ ਜਿਹੜੇ ਉਹ ਪੰਜਾਬੀ ਕਲਚਰ ਦੇ ਨਾਲ ਜੁੜੇ। ਤੁਸੀਂ ਆਪਣੇ ਬੱਚੇ ਨੂੰ ਕਿੰਨੀ ਕੁ ਕਲਾਸਾਂ ਅਟੈਂਡ ਕਰਵਾਉਂਦੇ ਹੋ ਇਹ ਮੈਂ ਦੇਖਣਾ, ਰਾਈਟ। ਉਸ ਤੋਂ ਬਾਅਦ ਮੈਂ ਇਹ ਦੇਖਣਾ ਵੀ ਜਿਹੜੀਆਂ ਇੰਡੀਅਨ ਗਰੋਸਰੀ ਸਟੋਰਸ ਦੇ ਉੱਪਰ ਜਾਂ ਜਿਹੜੇ ਗੁਰੂ ਘਰਾਂ ਦੇ ਉੱਪਰ ਤੁਹਾਨੂੰ ਨਿਊਜ਼ ਪੇਪਰਸ, ਪੰਜਾਬੀ ਨਿਊਜ਼ ਪੇਪਰਸ ਡਿਸਟ੍ਰੀਬਿਊਟ ਹੁੰਦੇ ਨੇ, ਤੁਸੀਂ ਉਹਨਾਂ ਦਾ ਕਿੰਨਾ ਕੁ ਇਸਤੇਮਾਲ ਕਰਦੇ ਹੋ, ਰਾਈਟ। ਕਾਲਰ ਨੇ, ਉਹਨਾਂ ਨੂੰ ਪੁੱਛਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਸਿੰਘ। ਕੌਣ ਬੋਲਦੇ? ਜਤਿੰਦਰ ਸਿੰਘ ਬੋਲਦਾ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਵਧੀਆ ਜੀ ਵਧੀਆ, ਤੁਸੀਂ ਸੁਣਾਓ? ਧਿਆਨ ਰੱਖਿਓ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਅੱਜ ਦਾ ਟੌਪਿਕ ਹੈਗਾ ਜੀ ਪੰਜਾਬੀ ਬੋਲੀ। ਹਾਂਜੀ, ਤੇ ਜੇ ਤੁਸੀਂ ਹਿੰਦੀ ਜਾਂ ਅੰਗਰੇਜ਼ੀ ਵਰਤੀ ਤੇ ਆਪਾਂ ਫੋਨ ਕੱਟ ਦੇਣਾ ਆ, ਫਿਰ ਪੰਜਾਬੀ ਬੋਲਦੇ ਜੀ। ਹਾਂਜੀ। ਅੱਛਾ ਕੀ ਹਾਲ ਚਾਲ ਨੇ ਤੁਹਾਡੇ? ਮੇਰਾ ਬਹੁਤ ਵਧੀਆ ਜੀ, ਤੁਸੀਂ ਸੁਣਾਓ ਕਿਵੇਂ ਹੋ? ਵਧੀਆ ਜੀ, ਕਿਵੇਂ ਹੈ ਜੀ, ਕੀ ਕਰਦੇ ਹੋ ਤੁਸੀਂ? ਮੈਂ ਜੀ, ਮੈਂ ਕੁਛ ਨਹੀਂ ਕਰਦਾ ਜੀ, ਫਿਲਹਾਲ ਤਾਂ ਵਿਹਲਾ ਹੀ ਆ ਜੀ। ਫਿਲਹਾਲ ਵਿਹਲੇ ਹੋ? ਅੱਛਾ, ਮਤਲਬ ਬਾਹਰ ਜਾ ਕੇ ਇਹੋ ਕੰਮ ਹੈ ਤੁਹਾਨੂੰ, ਵਿਹਲੇ ਰਹਿਣਾ? ਪੰਜਾਬ 'ਚ ਵੀ ਵਿਹਲੇ ਸੀਗੇ? ਹੋਰ ਜੀ, ਪਹਿਲੇ ਵੀ ਵਿਹਲੇ ਸੀ, ਹੁਣ ਜੀ ਵਿਹਲੇ ਆ। ਵਿਹਲੇ ਸੀ ਤਾਂ ਹੀ ਤੁਹਾਨੂੰ ਫੋਨ ਕਰਤਾ। ਓ ਅੱਛਾ, ਮਤਲਬ ਅਨਮੈਰਿਡ ਹੋਣੇ ਹੋ ਪੱਕਾ? ਹਾਂਜੀ ਹਾਂਜੀ, ਛੜਿਆਂ ਨੂੰ ਕੰਮ ਕੀ ਹੁੰਦਾ ਜੀ? ਤਾਂ ਸਰ ਜਾਂਦਾ ਕਿ ਤੇ ਮੈਰਿਡ ਹੁੰਦੇ ਫਿਰ ਥੋੜੀ ਨਾ ਸੜਨਾ ਸੀਗਾ। ਹਾਂਜੀ ਹਾਂਜੀ, ਛੜਿਆਂ ਤਾਂ ਹੀ, ਇਹੀ ਤਾਂ ਪੰਗਾ ਹੈ ਜੀ। ਠੀਕ ਹੈ ਜੀ, ਕੋਈ ਗੱਲ ਨਹੀਂ। ਮੈਂ ਤਾਂ ਇਹ ਦੇਖਣਾ ਸੀਗਾ ਵੀ ਤੁਸੀਂ ਅੰਗਰੇਜ਼ੀ ਦਾ ਸ਼ਬਦ ਵਰਤੋ ਤੇ ਮੈਂ ਥੋੜਾ ਫੋਨ ਕੱਟਾਂ, ਪਰ ਤੁਸੀਂ ਅੰਗਰੇਜ਼ੀ ਵਰਤੀ ਨਹੀਂ। ਕੋਈ ਗੱਲ ਨਹੀਂ ਜੀ, ਅਗਲੇ ਕਾਲਰ ਨੂੰ ਪੁੱਛਦੇ ਹਾਂ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਪਹਿਚਾਣਿਆ ਨਹੀਂ? ਪਹਿਚਾਣ ਲਿਆ, ਪਰ ਜਿਹੜੇ ਸਾਰੇ ਜਾਣੇ ਬਾਹਰ ਬੈਠੇ ਨੇ ਨਾ ਉਹਨਾਂ ਨੇ ਵੀ ਤੁਹਾਨੂੰ ਪਹਿਚਾਣਿਆ, ਇਸੇ ਕਰਕੇ ਨਾਮ ਤੇ ਐਡਰੈਸ ਦੱਸਣਾ ਪੈਣਾ। ਸਾਰਿਆਂ ਨੇ ਕਿੱਦਾਂ ਪਹਿਚਾਣ ਲਿਆ? ਕੀ ਆਵਾਜ਼ ਤੋਂ ਕਿੱਦਾਂ? ਤੁਹਾਡੀ ਆਵਾਜ਼ ਦੱਸੋ ਹੁਣ, ਐ ਵੀ ਦੱਸਣ ਦੀ ਲੋੜ ਆ? ਹੈ, ਮੈਂ ਤਾਂ ਕਾਲ ਹੀ ਬਹੁਤ ਘੱਟ ਕਰਦੀ ਹੁੰਦੀ ਹੁਣ। ਅੱਜ ਤੁਸੀਂ ਆਏ, ਮੇਰਾ ਜੀ ਕੀਤਾ ਗੱਲ ਕਰਨ ਨੂੰ, ਮੈਂ ਇਸ ਲਈ ਕਾਲ ਲਾ ਲਈ। ਹਾਂ ਵਧੀਆ ਕੀਤਾ ਤੁਸੀਂ। ਪਹਿਲਾਂ ਮੈਨੂੰ ਦੱਸੋ ਸੱਚੀ, ਸਾਰਿਆਂ ਨੂੰ ਆਪਣਾ ਨਾਮ ਤੇ ਐਡਰੈਸ ਦੱਸੋ ਪਹਿਲਾਂ, ਕਿੱਥੋਂ ਬੋਲਦੇ? ਐਡਰੈਸ ਕਾਲ ਲਈ ਦੱਸਣਾ? ਪੂਰਾ ਨਹੀਂ ਦੱਸਣਾ, ਸਿਰਫ ਨਾਮ ਦੱਸਣਾ, ਹੈ ਨਾ? ਮੇਰਾ ਨਾਮ ਬੱਬੂ ਆ, ਵਰਜੀਨੀਆ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਅੱਛਾ ਅੱਜ ਤੁਹਾਨੂੰ ਪਤਾ ਵੀ ਆਪਾਂ ਜਦੋਂ ਗੱਲ ਕਰਨੀ ਹੈ ਸਿਰਫ ਪੰਜਾਬੀ ਬੋਲਣੀ ਹੈ, ਨੋ ਹਿੰਦੀ ਨੋ ਇੰਗਲਿਸ਼। ਉਹ ਹੁਣ ਵਰਜੀਨੀਆ ਤਾਂ ਸੇਮ ਨਾ ਆ ਪੰਜਾਬੀ ਇੰਗਲਿਸ਼ ਕੋ। ਓਕੇ ਠੀਕ ਹੈ, ਓਕੇ ਓਕੇ ਬੋਲਤਾ, ਓਕੇ ਬੋਲਤਾ, ਗਲਤ ਕਰਤਾ ਕੰਮ। ਨੋ ਹਿੰਦੀ ਨੋ ਇੰਗਲਿਸ਼, ਕੱਟ ਦੇਣਾ ਤੁਹਾਡਾ ਫੋਨ ਆਪਾਂ ਹੁਣ। ਤੁਸੀਂ ਫਿਰ ਤੋਂ ਫੋਨ ਲਾਉਂਗੇ ਤਾਂ ਸਿਰਫ ਪੰਜਾਬੀ ਬੋਲੂਗੇ, ਠੀਕ ਹੈ? ਓਕੇ ਜੀ, ਟਾਟਾ। ਹੈਲੋ, ਇਹ ਤਾਂ ਗੇਮ ਹਾਰ ਗਿਆ ਜੀ। ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਸਭ ਠੀਕ ਹੈ। ਹਾਂਜੀ ਦਵਿੰਦਰ ਜੀ, ਅਸੀਂ ਤਾਂ ਜੀ ਪੰਜਾਬੀ ਬੋਲਦੇ ਆ, ਪਰ ਜਿਹੜੇ ਪੰਜਾਬ ਦੇ ਲੀਡਰ ਆ ਉਹ ਅੰਗਰੇਜ਼ੀ, ਉਹ ਸਭ ਕੁਛ ਬੋਲਦੇ ਆ। ਹੁਣ ਆ ਕੈਪਟਨ ਅਮਰਿੰਦਰ ਸਿੰਘ ਆ, ਉਹ ਕੋਈ ਇਹਨਾਂ ਤੋਂ ਪੱਤਰਕਾਰ ਸਵਾਲ ਪੁੱਛਣ, ਉਹ
ਅੰਗਰੇਜ਼ੀ ਚ ਹੀ ਦਿੰਦੇ ਆ ਜਵਾਬ, ਤੇ ਜਾਂ ਜਿਹੜੇ ਦੂਜੇ ਲੀਡਰ ਉਹ ਹਿੰਦੀ ਬੋਲਣਗੇ, ਕੀ ਗੱਲ ਉਹਨੂੰ ਪੰਜਾਬੀ ਕਾਹਤੋਂ ਨਹੀਂ ਬੋਲਦੇ? ਮੈਂ ਲੀਡਰਾਂ ਬਾਰੇ ਕੁਛ ਨਹੀਂ ਕਹਿਣਾ, ਆਪਾਂ ਤਾਂ ਪੰਜਾਬ ਬਾਰੇ ਗੱਲ ਕਰਦੀ, ਪਰ ਅਸੀਂ ਤਾਂ ਪੰਜਾਬੀ ਬੋਲਦੇ ਆ, ਪਤਾ ਨਹੀਂ ਇਹ ਕਿਉਂ ਖਨੀ ਆਪਦੀ ਸ਼ੇਖੀ ਸਮਝਦੇ ਆ, ਮੈਨੂੰ ਨਹੀਂ ਪਤਾ। ਜਿਹੜੇ ਤੁਹਾਡੇ ਥੋੜੇ ਬਹੁਤੇ ਪੜ੍ਹੇ ਗੀਤਕਾਰ ਆ, ਇਹ ਵੀ ਇੰਟਰਵਿਊ ਹੋਊ, ਉਹ ਪੁੱਛਣ ਵਾਲਾ ਪੰਜਾਬੀ ਚ ਗੱਲਾਂ ਪੁੱਛੂਗੇ, ਮੂਹਰੇ ਅੰਗਰੇਜ਼ੀ ਦੱਸਣ ਵਾਲਾ ਅੰਗਰੇਜ਼ੀ ਦੱਸਦਾ। ਇਹ ਮੈਨੂੰ ਵੀ ਨਹੀਂ ਪਤਾ ਵੀ ਕਿਉਂ ਬੋਲਦੇ ਨੇ, ਪਰ ਆਪਾਂ ਇਹ ਸੋਚ ਲਿਆ ਵੀ ਆਪਾਂ ਇਸ ਸ਼ੋਅ ਦੇ ਵਿੱਚ ਸਿਰਫ ਪੰਜਾਬੀ ਵਰਤਣੀ ਆ। ਹਾਂਜੀ, ਅਸੀਂ ਤਾਂ ਪੰਜਾਬੀ ਬੋਲਤੀ ਫਿਰ। ਅੱਛਾ, ਤੁਸੀਂ ਬੋਲਦੇ ਹੋ ਤਾਂ ਤੁਹਾਡੇ ਜਿਹੜੇ ਗਾਂ ਜਿਹੜੀ ਅਗਲੀ ਜਨਰੇਸ਼ਨ ਆ ਉਹ ਵੀ ਬੋਲ ਲੈਂਦੀ ਆ? ਹਾਂਜੀ, ਪੂਰੀ ਬੋਲ ਲੈਂਦੀ। ਹਾਏ, ਮੈਂ ਸੋਚ ਰਹੀ ਸੀਗੀ ਵੀ ਤੁਸੀਂ ਕੋਈ ਅੰਗਰੇਜ਼ੀ ਦਾ ਸ਼ਬਦ ਵਰਤੋ ਤੇ ਮੈਂ ਨਾ ਤੁਹਾਡਾ ਫੋਨ ਕੱਟਦਾ, ਪਰ ਤੁਸੀਂ ਤਾਂ ਪੰਜਾਬੀ ਬੋਲੀ ਹੋਈ ਜਾਂਦੇ ਹੋ, ਪੱਕੇ ਹੋ ਪੰਜਾਬੀ? ਹੈ ਨਾ ਨਾ, ਕੋਈ ਨਹੀਂ ਬੋਲਣਾ ਅੰਗਰੇਜ਼ੀ ਦਾ ਲਫ਼ਜ਼, ਤੁਸੀਂ ਕੱਟ ਹੀ ਨਹੀਂ ਸਕਦੇ। ਓ ਅੱਛਾ, ਮਤਲਬ ਤੁਸੀਂ ਜਿੱਤਣਾ? ਅੱਜ ਆਪਾਂ ਦੇਖਣਾ ਕਿ ਕੌਣ ਇਸ ਕੰਪੀਟੀਸ਼ਨ ਨੂੰ ਜਿੱਤਦਾ ਆ। ਦੇਖ ਲਓ ਫਿਰ ਜਿੱਤ ਗਏ। ਨਹੀਂ ਕੋਈ ਨਹੀਂ, ਤੁਹਾਡੇ ਆਪਾਂ ਗੱਲਾਂ ਕਰੀਆਂ ਜਾਣੀਆਂ, ਵੇਖਦੇ ਆ ਕਿਤੇ ਨਾ ਕਿਤੇ ਆ ਕੇ ਤੇ ਅੜੋਗੇ। ਨਹੀਂ ਅੜਦੇ। ਅੱਛਾ, ਕੀ ਕਰਦੇ ਤੁਸੀਂ ਆ ਦੱਸੋ? ਮੈਂ ਤਾਂ ਕੁਛ ਨਹੀਂ ਕਰਦੇ। ਕੁਛ ਨਹੀਂ ਕਰਦੇ? ਵਾਹ ਵਾਹ, ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਕੁਛ ਨਹੀਂ ਕਰਦਾ ਨਾ। ਤੇ ਅੱਗੇ ਬੱਚੇ ਬੱਚੇ ਕੀ ਕਰਦੇ ਨੇ? ਬੱਚੇ ਦੋਨੇ ਪੜ੍ਹਦੇ ਆ। ਪੜ੍ਹਦੇ ਕਿੱਥੇ ਪੜ੍ਹਦੇ ਨੇ? ਇੱਥੇ ਹੀ ਪੜ੍ਹਦੇ ਆ, ਅਮਰੀਕਾ ਚ। ਅੱਛਾ, ਉੱਥੇ ਹੀ ਪੜ੍ਹਦੇ ਨੇ, ਠੀਕ ਹੈ। ਤੇ ਕਿਤੇ ਨਾ ਕਿਤੇ ਤਾਂ ਤੁਹਾਨੂੰ ਅੜਾਵਾਂ, ਤੁਸੀਂ ਕਿਉਂ ਨਹੀਂ ਅੰਗਰੇਜ਼ੀ? ਸੂਟ ਬੜਾ ਸੋਹਣਾ ਹੈ। ਸੂਟ ਬੋਲਤਾ? ਸੂਟ ਹੀ ਆ, ਅੰਗਰੇਜ਼ ਤਾਂ ਕੋਈ ਗੱਲ ਨਹੀਂ, ਪੰਜਾਬੀ ਚ ਵੀ ਸੂਟ ਹੁੰਦਾ। ਹਾਂਜੀ, ਓਹੋ, ਕੀ ਕਰਾਂ ਹੁਣ। ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਤੁਹਾਨੂੰ ਟਾਟਾ ਕਹਿ ਦਿੰਦੀ ਹਾਂ। ਮੈਨੂੰ ਲੱਗਦਾ ਤੁਸੀਂ ਜਿੱਤ ਜਾਣਾ। ਐਂਡ ਵਿੱਚ ਆਪਾਂ ਦੱਸਾਂਗੇ ਵੀ ਕਿੰਨੇ ਜਿੱਤੇ ਆ ਕੰਪੀਟੀਸ਼ਨ, ਠੀਕ ਹੈ? ਅੱਛਾ, ਥੈਂਕ ਯੂ ਜੀ। ਓਕੇ ਜੀ, ਬਾਏ। ਅਗਲੇ ਕਾਲਰ ਨੂੰ ਪੁੱਛਦੇ ਆ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਪੱਤਰਕਾਰ ਜਗਰਾਜ ਗਿੱਲ ਬੋਲਦਾ ਜੀ, ਕਦੇ ਕਦੇ ਗੱਲ ਹੁੰਦੀ ਤੁਹਾਡੇ ਨਾਲ। ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਕੀ ਕਹਿਣਾ ਚਾਹੋਗੇ? ਪੰਜਾਬੀ ਬਾਰੇ ਮੈਂ ਤੁਹਾਨੂੰ ਬਹੁਤ ਹੈਰਾਨੀ ਜਿਹੀ ਗੱਲ ਦੱਸਦਾ ਵੀ ਜਦੋਂ ਮੈਂ ਪੱਤਰਕਾਰ ਸੀ ਪੰਜਾਬ ਦੇ ਵਿੱਚ, ਹਾਂਜੀ, ਤੇ ਕਾਫੀ ਅਖਬਾਰਾਂ 'ਚ ਕੰਮ ਕਰਦਾ ਨਾ, ਹਿੰਦੀ ਤੇ ਪੰਜਾਬੀ 'ਚ ਵੀ, ਤੇ ਮੇਰੇ ਦਫ਼ਤਰ ਦੇ ਵਿੱਚ ਨਾ ਬੈਨ ਸੀ ਵੀ ਜੇ ਮੇਰੀ ਇੱਕ ਵੀ ਮਤਲਬ ਨਿਊਜ਼ ਜਾਂ ਆਰਟੀਕਲ ਦੇ ਵਿੱਚ ਇੱਕ ਵੀ ਸ਼ਬਦ ਇੰਗਲਿਸ਼ ਦਾ ਵਰਤਿਆ ਗਿਆ ਤਾਂ 10 ਰੁਪਏ ਜੁਰਮਾਨਾ। ਦੁਬਾਰਾ ਚੈੱਕ ਕਰਕੇ ਸਹੀ ਕਰਦੇ ਹੁੰਦੇ ਸੀ, ਤੇ ਓਹੀ ਮੈਂ ਇੱਥੇ ਹੁਣ ਪ੍ਰੋਬਲਮ ਜਦੋਂ ਕੋਈ ਗੋਰਾ ਮੇਰੇ ਨਾਲ ਗੱਲ ਕਰਦਾ ਤੇ ਮੈਨੂੰ ਕਹਿੰਦਾ ਆਈ ਵਾਜ਼ ਰਿਪੋਰਟਰ ਇਨ ਮਾਈ ਕੰਟਰੀ ਪੰਜਾਬ ਐਂਡ ਵੈਨ ਆਈ use the word English, my boss fined to me 10 rupees and if typewriter acha unhe samjhaunde sige ki je mistake hundi sige, haan ji, write in my news or article that I punishment and fined to 20 rupees. Acha unhe samjhaunde si, nahi te kinne ek wari punishment mili ya? The problem in USA for the English, we are from Punjab and there in India. ਤੁਸੀਂ ਤਾਂ ਮੈਨੂੰ ਸਾਰਾ ਹੀ ਸਮਝਾਤਾ ਵੀ ਤੁਸੀਂ ਉਹਨੂੰ ਕੀ ਕਹਿੰਦੇ ਸੀਗੇ। ਅੱਛਾ, ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿੰਨੀ ਕੁ ਵਾਰੀ ਪਨਿਸ਼ਮੈਂਟ ਮਿਲੀ? ਮੈਨੂੰ ਤਾਂ ਮਤਲਬ 2 ਵਾਰ ਮਿਲੀ ਸੀ, 20 ਰੁਪਏ ਜੁਰਮਾਨਾ ਹੋਇਆ ਸੀ, ਪਰ ਮੈਂ ਉਹਨਾਂ ਤੋਂ ਕਾਫੀ 500 ਰੁਪਇਆ ਗ੍ਰਾਹ ਲਿਆ ਸੀ। ਬਹੁਤ ਵਧੀਆ ਕੀਤਾ, ਇਹ ਕੀਤੀ ਨਾ ਪੰਜਾਬੀਆਂ ਵਾਲੀ ਗੱਲ। ਤੇ ਹੁਣ ਅੱਜ ਵੀ ਆਪਾਂ ਇਹੀ ਚੈੱਕ ਕਰ ਰਹੇ ਹਾਂ ਵੀ ਜਿੰਨੀ ਅੰਗਰੇਜ਼ੀ ਬੋਲੀ ਉਹਨੂੰ ਫਾਈਨ ਤਾਂ ਚਲੋ ਆਪਾਂ ਕੀ ਪਾਉਣਾ ਹੈ, ਉਹਦਾ ਫੋਨ ਕੱਟ ਦੇਣਾ ਆ, ਪਰ ਤੁਸੀਂ ਅੰਗਰੇਜ਼ੀ ਨਹੀਂ ਵਰਤੀ। ਚਲੋ ਕੋਈ ਗੱਲ ਨਹੀਂ, ਤਾਂ ਵੀ ਤੁਹਾਨੂੰ ਟਾਟਾ ਕਹਿ ਦਿੰਦੇ ਕਿਉਂਕਿ ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਰਾਈਟ? ਨਹੀਂ, ਮੈਂ ਇੱਥੇ ਬਹੁਤ ਦੁਖੀ ਹਾਂ ਨਾ, USA 'ਚ ਮਤਲਬ ਮੈਨੂੰ ਪ੍ਰੋਬਲਮ ਆ ਰਹੀ ਨਾ, ਉਹ ਮੈਨੂੰ ਦੱਸੋ ਮੈਂ ਕੀ ਕਰਾਂ। ਤੁਸੀਂ ਐਂ ਕਰੋ, ਤੁਸੀਂ ਫਾਈਨ ਵਾਲਾ ਤਰੀਕਾ ਨਾ ਬਹੁਤ ਵਧੀਆ ਹੁੰਦਾ, ਜਦੋਂ ਕਿਸੇ ਨੂੰ ਕਹਿ ਦਿਓ ਨਾ ਵੀ ਤੈਨੂੰ ਇਸ ਗੱਲੋਂ ਫਾਈਨ ਲੱਗਣਾ, ਉਹ ਆਪਣੀ ਗਲਤੀ ਨੂੰ ਇੱਕ ਵਾਰੀ ਰੀਚੈੱਕ ਜ਼ਰੂਰ ਕਰਦਾ ਵੀ ਮੇਰੇ ਕੋਲ ਕਿਤੇ ਗਲਤੀ ਤਾਂ ਨਹੀਂ ਹੋ ਗਈ, ਹੈ ਨਾ? ਅਤੇ ਬਾਕੀ ਤਾਂ ਇਹੀ ਆਪਾਂ ਕਹਾਂਗੇ ਵੀ ਪੰਜਾਬੀ ਲਿਖੋ, ਪੰਜਾਬੀ ਪੜ੍ਹੋ, ਆਪਾਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਪੰਜਾਬੀ ਨੂੰ, ਰਾਈਟ? ਬਿਲਕੁਲ ਬਿਲਕੁਲ, ਕੋਸ਼ਿਸ਼ ਕਰੋ ਵੀ ਉਹ ਪੰਜਾਬੀ ਨਿਊਜ਼ ਪੇਪਰ ਪੜ੍ਹਨ, ਪੰਜਾਬੀ ਟੈਲੀਵਿਜ਼ਨ ਤੇ ਜਿਹੜੇ ਚੈਨਲਸ ਨੇ ਉਹ ਵੇਖਣ, ਹੈ ਨਾ? ਹਾਂ, ਸਾਰੇ ਪੰਜਾਬੀ ਚੈਨਲ ਲਵਾਏ, ਪੰਜਾਬੀ ਨਿਊਜ਼ ਪੇਪਰ ਆ ਰਿਹਾ ਮੇਰੇ ਕੋਲ, ਪੰਜਾਬ ਟਾਈਮ USA, ਪੰਜਾਬ ਮੇਲ USA, ਬਹੁਤ ਵਧੀਆ ਪੇਪਰ ਆ ਅਮਰੀਕਾ ਦੇ। ਬਿਲਕੁਲ ਬਿਲਕੁਲ ਜੀ, ਉਹੀ ਤਾਂ ਹੀ ਇਹ ਨਿਊਜ਼ ਪੇਪਰ ਹੁੰਦੇ ਨੇ ਤਾਂ ਕਿ ਪੰਜਾਬੀ ਨੂੰ ਜਿਹੜਾ ਆਪਾਂ ਪ੍ਰਮੋਟ ਕਰ ਸਕੇ, ਰਾਈਟ? ਹੁਣ ਆਪਾਂ ਜਾਈਏ। ਓਕੇ ਜੀ, ਅਗਲੇ ਕਾਲਰ ਨੂੰ ਲੈਂਦੇ ਹਾਂ ਜੀ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲਦੀ ਆ? ਮੈਂ ਕੌਣ ਬੋਲਦੀ ਆ, ਦੱਸ ਸਕਦੇ ਆ? ਤੁਸੀਂ ਕੌਣ ਬੋਲਦੇ ਹੋ? ਬੱਬੂ ਜੀ? ਨਹੀਂ, ਬੱਬੂ ਨਹੀਂ ਬੋਲਦੀ, ਮੈਂ ਤਾਂ ਦਵਿੰਦਰਜੀਤ ਬੋਲਦੀ ਆ ਕੈਨੇਡਾ ਤੋਂ। ਸੌਰੀ। ਦੇਖਿਆ ਤੁਸੀਂ ਆਪ ਕਿਉਂ ਇੰਗਲਿਸ਼ ਬੋਲਦੇ ਆ ਵਿੱਚ? ਨਹੀਂ, ਮੈਨੂੰ ਤੇ, ਮੈਂ ਤਾਂ ਸਿੱਖ ਰਹੀ ਆ ਨਾ ਤੁਹਾਡੇ ਕੋਲੋਂ। ਅੱਛਾ ਜੀ, ਮੈਂ ਸਾਰਿਆਂ ਕੋਲੋਂ ਸਿੱਖ ਰਹੀ ਆ, ਵੀ ਮੈਂ ਇਹ ਦੇਖਣਾ ਵੀ ਮੈਂ ਜਿੰਨਾ ਕੋਲੋਂ ਸਿੱਖਣੀ ਉਹਨਾਂ ਨੂੰ ਵੀ ਆਉਂਦੀ ਨਹੀਂ। ਅੱਛਾ ਜੀ, ਮੈਂ ਤਾਂ ਬਹੁਤ ਠੇਠ ਪੰਜਾਬੀ ਬੋਲਦੀ। ਚਲੋ ਅੱਜ ਚੈੱਕ ਕਰ ਲੈਨੇ ਆ ਆਪਾਂ। ਪੰਜਾਬੀ ਬੋਲਣ ਦਾ ਵਿਸ਼ਾ ਰੱਖ ਲਈਏ, ਆਪਾਂ ਕੋਈ ਵੀ ਗੱਲ ਕਰਨੀ ਪੰਜਾਬੀ ਚ ਕਰਨੀ ਹੈ ਨਾ। ਅੱਜ ਇਹ ਆ ਵੀ ਅੱਜ ਤਾਂ ਕੰਪੀਟੀਸ਼ਨ ਆ, ਮੈਨੂੰ ਲੱਗਦਾ ਬਹੁਤ ਤਗੜਾ ਕੰਪੀਟੀਸ਼ਨ ਆ, ਕਿਉਂਕਿ ਕੋਈ ਵੀ ਅੰਗਰੇਜ਼ੀ ਨਹੀਂ ਬੋਲ ਰਿਹਾ। ਜਿੰਨੇ ਵੀ ਅੰਗਰੇਜ਼ੀ ਦਾ ਸ਼ਬਦ ਵਰਤ ਲਿਆ ਉਹਦਾ ਆਪਾਂ ਫੋਨ ਕੱਟ ਦੇਣਾ ਆ, ਉਹਦੇ ਨਾਲ ਨਾਰਾਜ਼ ਹੋ ਜਾਣਾ ਆਪਾਂ। ਰੋਜ਼ ਕਰਿਆ ਕਰੋ, ਰੋਜ਼ ਮਿਲ ਜੂਗੀ। ਅੱਛਾ ਜੀ, ਹੋਰ ਕੀ? ਚਲੋ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਆ, ਬਹੁਤ ਸਾਨੂੰ ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੰਦੇ ਹੋ। ਤੇ ਆਪਾਂ ਇੱਦਾਂ ਕਰਦੇ ਹਾਂ ਵੀ ਜਾਂਦੇ ਹਾਂ ਨਿੱਕੀ ਜੀ ਬ੍ਰੇਕ ਲੈ ਕੇ ਆਉਂਦੇ, ਫਿਰ ਬ੍ਰੇਕ ਤੋਂ ਬਾਅਦ ਦੱਸਾਂਗੇ ਇਹ ਕੰਪੀਟੀਸ਼ਨ ਵਿੱਚ ਕੌਣ ਜਿੱਤਿਆ। ਰਾਈਟ? ਕਿਉਂ, ਮੈਂ ਤਾਂ ਜੀ, ਮੇਰੀ ਤਾਂ ਪੰਜਾਬੀ ਬੋਲਰ ਬੋਲ ਰਹੀ ਹਾਂ। ਤੁਸੀਂ ਫਿਰ ਤੋਂ ਕਾਲ ਲਾ ਲਓ, ਤੁਸੀਂ ਫਿਰ ਤੋਂ ਕਾਲ ਲਾ ਲਓ, ਜਾਂ ਫਿਰ ਹੋਲਡ ਤੇ ਰੱਖੋ, ਆਪਾਂ ਹੁਣੀ ਗਏ ਤੇ ਹੁਣੀ ਆਏ। ਮਿਲਦੀ ਨਹੀਂ ਛੇਤੀ, ਕਾਲ ਨਹੀਂ ਮਿਲਦੀ ਛੇਤੀ, ਆਪਾਂ ਤੁਹਾਡੀ ਕਾਲ ਪੱਕਾ ਹੋਲਡ ਤੇ ਰੱਖਣੀ ਆ, ਤੇ ਲੈਣੇ ਜੀ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ। ਊੜਾ ਐੜਾ ਈੜੀ ਸੱਸਾ ਹਹਾ ਕੱਕਾ ਖੱਕਾ, ਲੈ ਵੀ ਮੈਨੂੰ ਤਾਂ ਸਾਰੀ ਪੰਜਾਬੀ ਆ ਗਈ। ਦੇਖਿਆ, ਮੈਨੂੰ ਲੱਗਦਾ ਅੱਜ ਕੰਪੀਟੀਸ਼ਨ ਮੈਂ ਜਿੱਤ ਜਾਣਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹਨੂੰ ਸਭ ਤੋਂ ਵਧੀਆ ਪੰਜਾਬੀ ਆਉਂਦੀ ਹੋਈ ਨਾ ਉਹ ਕੰਪੀਟੀਸ਼ਨ ਜਿੱਤੂਗਾ, ਅਤੇ ਉਹਨੂੰ ਮਿਲੇਗਾ ਇਨਾਮ ਮੇਰੇ ਵੱਲੋਂ, ਝੂਠਾ ਮੂਠਾ। ਕਿਉਂਕਿ ਅੱਜ ਦਾ ਕੰਪੀਟੀਸ਼ਨ ਹੈਗਾ ਜੀ ਪੰਜਾਬੀ ਬੋਲਣੀ ਆ ਅਤੇ ਅੰਗਰੇਜ਼ੀ ਨਹੀਂ ਬੋਲਣੀ। ਅਗਲੇ ਕਾਲਰ ਨੂੰ ਪੁੱਛਦੇ ਆ ਵੀ ਉਹ ਅੰਗਰੇਜ਼ੀ ਬੋਲ ਪਾਉਂਦੇ ਨੇ ਜਾਂ ਫਿਰ ਪੰਜਾਬੀ ਫਟਾਰ ਨਾਲ ਬੋਲ ਲੈਂਦੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕਹਿਣਾ ਚਾਹੁੰਦਾ ਸੀਗਾ ਜੀ, ਆਪਣਾ ਅੱਜ ਕੱਲ੍ਹ ਪੰਜਾਬੀ ਕਲਚਰ ਨਾਲ ਆਪਾਂ ਪੰਜਾਬੀ ਬੋਲੀ 'ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਵੀ ਆਪਾਂ ਕਲਚਰ ਦੇ ਬਿਨਾਂ ਆਪਣੀ ਪੰਜਾਬੀ ਦਾ ਆਪਾਂ ਕੀ ਕੰਮ ਦੀ ਹੈਗੀ ਆ, ਵੀ ਜਿਹੜੀ ਆਪਣੇ ਆਪਾਂ ਜਿਹੜਾ ਪਤਾ ਨਹੀਂ ਕੋਈ ਮਾਰਕੀਟ ਦੇ ਇਹਦਾ ਕੋਈ ਮਾਰਕੀਟ ਨਾਲ ਸੰਬੰਧ ਹੈਗਾ। ਹੁਣ ਜਿਵੇਂ ਗਾਉਣ ਵਾਲੇ ਵੀ ਕਹਿੰਦੇ ਸੀ ਜਵਾਕਾਂ ਨੂੰ ਪੰਜਾਬੀ ਸਿਖਾਉਂਦੇ ਹਾਂ, ਹੁਣ ਜੋ ਕੁਛ ਫਿਰ ਜੋ ਕੁਛ ਸਿਖਾਉਂਦੇ ਉਹ ਤਾਂ ਇੰਗਲਿਸ਼ ਹੀ ਸਿੱਖੀ ਜਾਂਦੇ, ਫਿਰ ਆਪਣੇ ਪੰਜਾਬੀ ਦੀ ਵੀ ਫਿਰ ਕੀ ਲੋੜ ਹੈਗੀ? ਉਸ ਨੂੰ ਆਪਾਂ ਜਵਾਕਾਂ ਨੂੰ ਐਵੇਂ ਨਹੀਂ ਕਹਿਣ ਜੋਗੇ ਵੀ ਸਾਡਾ ਕਲਚਰ ਨਹੀਂ ਜਾਂ ਸਾਡੀ ਇਹ ਜਵਾਨ 'ਚ ਨਹੀਂ ਇਹੋ ਜਿਹੀਆਂ ਗੱਲਾਂ, ਅਤੇ ਆਪਾਂ ਨੂੰ ਸੋ ਹਾਂ ਜਿਵੇਂ ਮੈਰਿਜ ਵਿਆਹ ਹੈਗਾ ਰਾਈਟ, ਅਤੇ ਉਹ ਆਪਾਂ ਨੂੰ ਜਿਹੜਾ ਜਿਹੜਾ ਆਪਣੇ ਜਿਹੜਾ ਸਮਾਜ ਦਾ ਉਹ ਹਿੱਸਾ ਹੈਗਾ, ਉਹ ਬੇਸ ਹੈਗਾ, ਉਹ ਉਹਦੇ ਬਾਰੇ ਸੋ ਆਪਾਂ ਨੂੰ ਵੱਧ ਤੋਂ ਵੱਧ ਤੁਸੀਂ ਅੰਗਰੇਜ਼ੀ ਵਰਤ ਲਈ ਹੈ, ਤੁਸੀਂ ਬੇਸ ਬੋਲਤਾ, ਤੁਸੀਂ ਬੇਸ ਬੋਲਤਾ। ਓਕੇ, ਅੱਜ ਆਪਾਂ ਕਿਹਾ ਸੀਗਾ ਵੀ ਅਸੀਂ ਤਾਂ ਚੈੱਕ ਕਰਨਾ ਸੀਗਾ ਵੀ ਜੇ ਪੰਜਾਬੀ ਹੀ ਨਹੀਂ ਪੰਜਾਬੀ ਬੋਲਣਗੇ ਤਾਂ ਕਿੱਦਾਂ ਚੱਲੂਗਾ। ਹੁਣ ਦੇਖੋ, ਤੁਸੀਂ ਆਪਣੇ ਵੱਲੋਂ ਪੰਜਾਬੀ ਪ੍ਰਮੋਟ ਕਰਨਾ ਚਾਹੁੰਦੇ ਹੋ, ਪਰ ਨਾ ਚਾਹੁੰਦੇ ਹੋਏ ਵੀ ਤੁਹਾਡੇ ਮੂੰਹ 'ਚੋਂ ਅੰਗਰੇਜ਼ੀ ਦਾ ਸ਼ਬਦ ਨਿਕਲ ਗਿਆ, ਹੈ ਨਾ? ਨਹੀਂ, ਮੈਂ ਬਹੁਤ ਪੰਜਾਬੀ ਦਾ, ਮੈਂ ਬਹੁਤ ਫੈਨ ਹਾਂ, ਮੈਂ ਪੰਜਾਬੀ ਕਲਚਰ ਦਾ ਫੈਨ ਹਾਂ ਰਾਈਟ, ਮੈਨੂੰ ਕਲਚਰ ਕਲਚਰ ਬੋਲਦਾ। ਹਾਂਜੀ ਹਾਂਜੀ, ਨਹੀਂ ਮੈਂ ਹਾਂਜੀ ਆਪਣੇ ਸੱਭਿਆਚਾਰ ਦਾ ਮੈਂ ਮੈਨੂੰ ਲੱਗਦਾ ਤੁਸੀਂ ਜਾਲੀ ਪੰਜਾਬੀ ਹੋ। ਚਲੋ ਪਹਿਲਾਂ ਊੜਿਆੜਾ ਬੋਲ ਕੇ ਦਿਖਾਓ। ਚਲੋ ਓਕੇ, ਸਤਿ ਸ਼੍ਰੀ ਅਕਾਲ। ਊੜਿਆੜਾ ਬੋਲ ਕੇ ਦਿਖਾਓ, ਨਹੀਂ ਆਉਂਦਾ ਜੇ ਤੁਹਾਨੂੰ ਨਹੀਂ ਆਉਂਦਾ ਮੈਂ ਸਿਖਾਉਂਦੀ ਹਾਂ। ਬੋਲੋ ਊੜਾ। ਹਾਂਜੀ ਬੋਲੋ, ਊੜਾ ਊਠ। ਊੜਾ, ਵਾਹ, ਊੜਾ ਊਠ। ਐੜਾ, ਆਰਾਮ ਵੀ। ਜਿਹੜਾ ਪੈ ਗਿਆ ਜੇ ਮੈਂ ਤੈਨੂੰ ਫਾਹ ਲਾਤਾ ਵੇਖ ਲੋ ਹੈ। ਹਾਂਜੀ, ਮੈਂ ਕਿਹਾ ਕੀ ਕੰਨ ਫੜਾਉਂਗੇ।
ਠੀਕ ਹੈ ਜੀ, ਚੰਗਾ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਪੰਜਾਬੀ ਬੋਲੀ ਅੰਗਰੇਜ਼ੀ ਨਹੀਂ ਵਰਤੀ, ਗਲਤੀ ਤਾਂ ਹੋ ਜਾਂਦੀ ਹੈ, ਹੁਣ ਵੇਖ ਲਓ ਮੈਂ ਕਿੰਨੀ ਵਾਰੀ ਬੋਲ ਲਈ ਹੈ ਕਿ ਨਹੀਂ। ਹਾਂਜੀ, ਪਰ ਮੈਂ ਤੁਹਾਨੂੰ ਇਹੀ ਕਹਾਂਗੀ ਜੀ, ਹਾਂਜੀ ਹਾਂਜੀ, ਮੇਰਾ ਖਿਆਲ ਵੀ ਆਪਾਂ ਪੰਜਾਬੀ ਨਾਲ ਬਹੁਤ, ਪੰਜਾਬੀ ਸੱਭਿਆਚਾਰ ਬਾਰੇ ਬਹੁਤ ਬਹੁਤ ਆਪਾਂ ਜੋ ਉਹ ਆਪਣਾ ਆਪਣਾ ਸੱਭਿਆਚਾਰ ਦੁਨੀਆਂ ਦਾ ਦੁਨੀਆਂ ਵਾਸਤੇ ਇੱਕ ਸਲੂਸ਼ਨ ਹੈਗਾ। ਬਿਲਕੁਲ ਬਿਲਕੁਲ, ਆਪਾਂ ਇਹਨੂੰ ਐਜ ਏ ਪ੍ਰੋਬਲਮ ਆਪਾਂ ਪੇਸ਼ ਕਰਦੇ ਹਾਂ ਵੀ ਆਪਣੀ ਇਹ ਪ੍ਰੋਬਲਮ ਹੈਗੀ ਆਪਣੇ ਵਾਸਤੇ ਵੀ ਦੁਨੀਆਂ ਪ੍ਰੋਬਲਮ, ਮੇਰਾ ਖਿਆਲ ਜਿਹੜਾ ਪ੍ਰੋਬਲਮ ਇੰਡੀਆ ਦੀ, ਹਾਂਜੀ ਪ੍ਰੋਬਲਮ ਬੋਲਿਆ ਤੁਸੀਂ, ਹਾਂਜੀ ਨਹੀਂ ਮੇਰਾ ਇੱਕ ਮੇਰਾ ਬਿਜ਼ਨਸ ਹੈਗਾ ਗੋਰਿਆਂ ਦੇ ਵਿੱਚ, ਮੈਂ ਉਹਨਾਂ ਨਾਲ ਕਰਦਾ ਰਹਿੰਦਾ ਆਪਣੀ ਆਪਣੇ ਸੱਭਿਆਚਾਰਕ ਜਿਹੜੀ ਆਪਣੇ ਹੈਗਾ ਜਿਵੇਂ ਵਿਆਹ ਵੀ, ਉਹਦੇ ਬਾਰੇ ਮੇਰਾ ਖਿਆਲ ਆਪਾਂ ਜਵਾਕਾਂ ਨੂੰ ਸੈਂਸ ਬਣਾਉਣੀ। ਬਿਲਕੁਲ ਸਰ, ਆਪਾਂ ਵੀ ਇਹੀ ਚਾਹੁੰਦੇ ਹਾਂ ਵੀ ਆਪਾਂ ਪੰਜਾਬੀ ਨੂੰ ਪ੍ਰਮੋਟ ਕਰੀਏ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰੀਏ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਗਲੇ ਕਾਲਰ ਨੂੰ ਲੈਂਦੇ ਹਾਂ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਅੰਤਰਪਾਲ, ਮੈਂ ਅਸ਼ਟਮ ਸਰਟਰ ਤੋਂ ਬੋਲ ਰਿਹਾ ਜੀ। ਓਕੇ, ਤੇ ਅੱਜ ਗੱਲਬਾਤ ਕਰਨੀ ਆ ਸਿਰਫ ਪੰਜਾਬੀ ਦੇ ਵਿੱਚ, ਸਾਰੀ ਪੰਜਾਬੀ, ਸਾਰੀ ਪੰਜਾਬੀ, ਕੋਈ ਹਿੰਦੀ ਨਹੀਂ, ਹਿੰਦੀ ਵੀ ਨਹੀਂ ਤੇ ਕੋਈ ਹਿੰਦੀ ਗੁਲਾਬੀ ਵੀ ਨਹੀਂ, ਕੋਈ ਹਿੰਦੀ ਨਹੀਂ, ਕੋਈ ਅੰਗਰੇਜ਼ੀ ਨਹੀਂ। ਤੁਸੀਂ ਆਪ ਅੰਗਰੇਜ਼ੀ ਕਿਹਾ ਹੈਗਾ? ਹਾਂਜੀ, ਤੁਸੀਂ ਆਪ ਅੰਗਰੇਜ਼ੀ ਕਿਹਾ ਹੈਗਾ? ਹੁਣ ਮੈਂ ਤਾਂ ਸਿੱਖਦੀ ਪਈ ਆ ਨਾ, ਜੇ ਮੈਂ ਅੰਗਰੇਜ਼ੀ ਵਿੱਚ ਬੋਲ ਲਿਆ ਤੇ ਚਲੋ ਮੈਨੂੰ ਤਾਂ ਮਾਫ ਆ, ਟੀਚਰ ਨੂੰ ਤਾਂ ਮਾਫ ਹੁੰਦੀ ਆ। ਪੰਜਾਬੀ ਚੈਨਲ ਵੇਖਣੇ ਸ਼ੁਰੂ ਕਰਤੇ ਨੇ, ਪੰਜਾਬੀ ਅਖਬਾਰ ਪੜ੍ਹਨੇ ਸ਼ੁਰੂ ਕਰਤੀ ਆ, ਤੇ ਮੈਨੂੰ ਤਾਂ ਬਹੁਤ ਫਰਕ ਪਿਆ ਉਹਦੇ ਨਾਲ। ਅਸਿਸਟੈਂਟ ਮੈਨੇਜਰ ਦੀ ਜੌਬ ਬੋਲਤਾ ਤੁਸੀਂ, ਜੌਬ ਬੋਲਤਾ, ਫੋਨ ਕੱਟੋ, ਇਹਨਾਂ ਦਾ ਇਹਨਾਂ ਨੇ ਅੰਗਰੇਜ਼ੀ ਵਰਤ ਲਈ ਹੈ, ਕੰਪੀਟੀਸ਼ਨ ਚ ਬਾਹਰ ਨੇ, ਕੰਪੀਟੀਸ਼ਨ ਹੋ ਰਿਹਾ, ਕੰਪੀਟੀਸ਼ਨ ਹੋ ਰਿਹਾ ਸੀਗਾ ਪੰਜਾਬੀ ਬੋਲਣ ਦਾ, ਤੁਸੀਂ ਅੰਗਰੇਜ਼ੀ ਵਰਤ ਲਈ, ਜੌਬ ਕਹਿਤਾ, ਅਸਿਸਟੈਂਟ ਕਹਿ, ਕਿੱਦਾਂ ਚੱਲੂਗਾ? ਅਸੀਂ ਤਾਂ ਬੈਠੇ ਵੀ ਤਾਂ ਦੂਰ ਆ ਨਾ ਦੂਜੇ ਮੁਲਕਾਂ ਚ, ਕਿੱਦਾਂ ਅਸੀਂ ਬੈਠੇ ਵੀ ਦੂਜੇ ਮੁਲਕ ਆ ਜਿੱਥੇ ਸੱਤ ਅੱਠ ਲੈਂਗੁਏਜ ਚੱਲਦੀ, ਤੇ ਦੂਜੇ ਮੁਲਕ ਚ ਤੇ ਮਤਲਬ ਤੁਸੀਂ ਪੰਜਾਬੀ ਭੁੱਲ ਜਾਓਗੇ? ਅੱਛਾ ਜੀ, ਚਲੋ ਹੁਣ ਮੈਂ ਅਗਲੇ ਕਾਲਰ ਨਾਲ ਗੱਲ ਕਰਕੇ ਤੁਹਾਨੂੰ ਪੰਜਾਬੀ ਸਿਖਾਉਣੀ, ਤੁਸੀਂ ਜਾਣਾ ਕਿਤੇ ਨੀ, ਮੇਰੀ ਪੰਜਾਬੀ ਸੁਣਨੀ ਹੈ, ਰਾਈਟ? ਓਕੇ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਠਾਕ, ਤੁਸੀਂ ਦੱਸੋ ਕਿੱਦਾਂ? ਠੀਕ ਠਾਕ, ਵਧੀਆ ਜੀ। ਕੌਣ ਬੋਲਦੇ? ਮੈਂ ਇੰਦੂ ਬੋਲਦੀ। ਅੱਛਾ, ਕਿੱਥੋਂ ਬੋਲ ਰਹੇ ਹੋ? ਕੈਲੀਫੋਰਨੀਆ। ਕਿੱਥੋਂ? ਕੈਲੀਫੋਰਨੀਆ। ਓਕੇ, ਕੈਲੀਫੋਰਨੀਆ ਤੋਂ। ਅੱਜ ਮੇਰੀ ਗੱਲ ਧਿਆਨ ਨਾਲ ਸੁਣ ਲਓ, ਅੱਜ ਕੰਪੀਟੀਸ਼ਨ ਚੱਲ ਰਿਹਾ ਸਿਰਫ ਪੰਜਾਬੀ ਬੋਲਣ ਦਾ, ਜਿੰਨੇ ਅੰਗਰੇਜ਼ੀ ਵਰਤੀ ਉਹਦਾ ਫੋਨ ਆਪਾਂ ਦੇਣਾ ਕੱਟ, ਰਾਈਟ? ਜ਼ਰੂਰ, ਹਾਂਜੀ। ਓਕੇ, ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ। ਅੱਛਾ, ਤੁਸੀਂ ਕੀ ਕਰਦੇ ਹੋ? ਮੈਂ ਸੋਲਰ ਸਿਸਟਮ ਦਾ ਕੰਮ ਕਰਦੀ ਹਾਂ। ਤੁਸੀਂ ਰੋਟੀ ਵਿੱਚ ਕੀ ਬਣਾਇਆ? ਅਸੀਂ ਰੋਟੀ ਵਿੱਚ ਮੂੰਗੀ ਛੋਲੇ ਤੇ ਰੋਟੀ ਰੋਟੀ ਬਣਾਈ ਹੈ, ਤੇ ਸਾਰਿਆਂ ਨੇ ਰੋਟੀ ਖਾ ਲਈ? ਹਾਂਜੀ, ਸਾਰਿਆਂ ਨੇ ਖਾ ਲਈ, ਮੈਂ ਰਹਿੰਦੀ ਹਾਂ। ਅੱਛਾ, ਤੁਸੀਂ ਰਹਿੰਦੇ ਹੋ, ਤੁਸੀਂ ਕਿਉਂ ਰਹਿੰਦੇ ਹੋ? ਹੁਣ ਮੈਂ ਸਾਰਿਆਂ ਨੂੰ ਖਵਾ ਕੇ ਫਿਰ ਬਾਅਦ ਚ ਖਾਉਂਗੀ। ਤੁਸੀਂ ਬਾਅਦ ਚ ਖਾਉਂਗੇ, ਤੇ ਸਵੇਰੇ ਕੀ ਕਰੋਗੇ? ਸਵੇਰੇ ਲੇਟ ਉੱਠਣਾ। ਲੇਟ ਉੱਠਣਾ, ਲੇਟ ਪੜੇਗੇ ਨਾ, ਤੁਹਾਨੂੰ ਪਤਾ ਆ ਤੁਹਾਡਾ ਕੰਪੀਟੀਸ਼ਨ ਚੱਲ ਰਿਹਾ, ਫਿਰ ਤੁਸੀਂ ਕਿੱਦਾਂ ਇੱਦਾਂ ਕਰ ਸਕਦੇ ਹੋ? ਲੇਟ ਉੱਠਣਾ, ਕੱਟ ਲਿਆ ਨੰਬਰ ਮੈਂ ਤਾਂ। ਹਾਂਜੀ, ਕੋਸ਼ਿਸ਼ ਕੀਤੀ ਸੀ, ਮੈਂ ਕਿਹਾ ਸੀ ਮੈਂ ਬਿਨਾਂ ਹੁਣ ਅੱਜ
ਕਿਵੇਂ? ਮੈਂ ਕਿਹਾ ਮੈਂ ਕੋਸ਼ਿਸ਼ ਕੀਤੀ ਸੀ ਮੈਂ ਬਿਨਰ ਹੋਣਾ ਵੀ ਪੰਜਾਬੀ ਬੋਲਣੀ, ਮੈਂ ਵੀ ਕੋਸ਼ਿਸ਼ ਕੀਤੀ ਸੀ ਕਿ ਵੀ ਤੁਸੀਂ ਅੜ ਜਾਓ ਕਿਤੇ, ਤਾਂ ਹੀ ਤਾਂ ਮੈਂ ਜ਼ਿਆਦਾ ਜ਼ਿਆਦਾ ਗੱਲਾਂ ਕਰ ਰਹੀ ਸੀ ਕਿ ਵੀ ਤੁਸੀਂ ਕਿਤੇ ਕੋਈ ਨਾ ਨੈਕਸਟ ਟਾਈਮ ਫਿਰ ਇੱਕ ਅੱਧਾ ਇੰਟਰਵਿਊ ਲੈ ਆਓ ਟਾਪਿਕ, ਨੈਕਸਟ ਟਾਈਮ ਬੋਲਤਾ ਇੱਕ ਹੋਰ ਨੰਬਰ ਕੱਟੇਗਾ ਤੁਹਾਡਾ, ਤੁਹਾਡਾ ਤਾਂ ਹੁਣ ਕਾਲ ਹੀ ਕੱਟਣਾ ਪੈਣਾ। ਓ ਯਾ ਓਕੇ ਜੀ, ਟਾਟਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਪਾਲ ਬੋਲਦਾ, ਟੈਲੀਫੋਨ ਕਿੱਥੋਂ? ਕਿੰਨੀ ਦੇਰ ਹੋ ਗਈ ਤੁਹਾਨੂੰ ਪੰਜਾਬ ਚ ਉਧਰ ਗਿਆ ਨੂੰ? 25 ਸਾਲ। ਹਾਂਜੀ 25 ਸਾਲ। 80 ਸਾਲ? 25 25 ਸਾਲ। ਓਕੇ, ਇੰਨੀ ਦੇਰ ਹੋ ਗਈ? ਹਾਂਜੀ। ਅੱਛਾ, ਤੇ ਤੁਸੀਂ ਸ਼ੁਰੂ ਤੋਂ ਹੀ ਟਰੱਕ ਚਲਾਉਂਦੇ ਸੀਗੇ, ਪਹਿਲਾਂ ਕੁਝ ਹੋਰ ਕਰਦੇ ਸੀ? ਸਟੋਰ ਤੇ ਕੰਮ ਕਰਦੇ ਸੀ। ਕੰਮ ਕਰਦੇ ਸੀਗੇ, ਠੀਕ ਹੈ। ਹਾਏ ਹਾਏ, ਤੁਸੀਂ ਤਾਂ ਪੰਜਾਬੀ ਹੀ ਬੋਲੀ ਜਾਂਦੇ ਹੋ, ਮੈਂ ਤਾਂ ਅੱਜ ਉਹ ਬੰਦਾ ਲੱਭ ਰਿਹਾ ਜਿਹੜਾ ਅੰਗਰੇਜ਼ੀ ਬੋਲੇ ਤੇ ਮੈਂ ਉਹਨੂੰ ਪਨਿਸ਼ਮੈਂਟ ਦਵਾਂ। ਮੈਂ ਪੰਜਾਬੀ ਪੂਰੀ ਧੀਰ ਪੰਜਾਬੀ ਆ, ਇੰਡੀਆ ਵੀ ਟਰੱਕ ਚਲਾਉਂਦਾ ਸੀ, ਇੱਥੇ ਵੀ ਟਰੱਕ ਚਲਾਉਂਦਾ, ਸਟੋਰ ਤੇ ਵੀ ਕੰਮ ਕੀਤਾ। ਪੰਜਾਬੀ ਨਾਲ ਪੂਰੀ ਠੀਠ ਪੰਜਾਬੀ ਤੋਂ ਚੱਲ ਪਈਏ, ਚੱਲੀ ਕਰਦਾ ਇੰਜ ਨਾ ਚੱਲਣਾ। ਹਾਏ, ਇੰਨਾ ਕੁਛ ਤੁਸੀਂ ਕੀਤਾ ਪਰ ਪੰਜਾਬੀ ਬੋਲੀ ਜਾਂਦੇ ਹੋ, ਅੱਜ ਮੈਂ ਅੰਗਰੇਜ਼ੀ ਬੋਲਣ ਵਾਲੇ ਬੰਦਿਆਂ ਨੂੰ ਫੜਨਾ ਹੈ ਤੇ ਪਨਿਸ਼ਮੈਂਟ ਦੇਣੀ ਹੈ, ਐਦਾਂ ਕਰਨੀ, ਅਗਲੇ ਕਾਲਰ ਨੂੰ ਲੈ ਲੈਣੀ ਹੈ ਤੇ ਉਹਨਾਂ ਕੋਲੋਂ ਕੋਸ਼ਿਸ਼ ਕਰਦੇ ਕਿ ਉਹ ਅੰਗਰੇਜ਼ੀ ਬੋਲ ਲੈਣ। ਜਾ ਸਕਦੇ ਅੰਗਰੇਜ਼ੀ ਹੋਵੇ, ਅੰਗਰੇਜ਼ੀ ਵੀ ਵਾਲੀ ਮਾਂ ਪੈਣ ਪੂਰੀ ਕਰੀ ਤੇ ਅੰਗਰੇਜ਼ੀ ਵੀ ਪੂਰੀ ਕਰੀ। ਨਹੀਂ, ਹੁਣ ਪਤਾ ਕਿ ਅੱਜ ਕੰਪੀਟੀਸ਼ਨ ਚੱਲ ਰਿਹਾ ਨਾ, ਸਿਰਫ ਪੰਜਾਬੀ ਬੋਲਿਆ, ਜਿਹੜਾ ਬੋਲੇਗਾ ਅੰਗਰੇਜ਼ੀ ਉਹਨਾਂ ਕੰਪੀਟੀਸ਼ਨ ਕਰਦੇ ਨਾ ਫੋਨ ਕੀਤਾ ਪਤਾ ਨਹੀਂ ਤਾਂ ਕੀਤਾ। ਸਰ ਸਰ, ਥੈਂਕ ਯੂ। ਪਤਾ ਪੈ ਗਿਆ ਕਿ ਸਿਰਫ ਪੰਜਾਬੀ ਧੀਰ ਬੰਦੇ ਨਾ। ਨਹੀਂ ਨਹੀਂ ਨਹੀਂ, ਥੈਂਕ ਯੂ ਸੋ ਮਚ, ਤੁਸੀਂ ਪੰਜਾਬੀ ਬੋਲੀ, ਬਹੁਤ ਵਧੀਆ ਕੀਤਾ, ਤੁਹਾਨੂੰ ਕੰਪੀਟੀਸ਼ਨ ਦੇ ਵਿੱਚ ਰੱਖਿਆ ਹੋਇਆ ਸੀ, ਠੀਕ ਹੈ, ਅਗਲੇ ਕਾਲਰ ਨੂੰ ਲੈ ਕੇ ਦੇਖਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਬੱਬੂ ਆ, ਦੁਬਾਰਾ ਕਰ ਰਹੀ ਹਾਂ। ਦੁਬਾਰਾ ਬੱਬੂ ਆ, ਤੁਹਾਡਾ ਨਾਮ ਦੁਬਾਰਾ ਬੱਬੂ ਆ? ਹਾਂਜੀ। ਮੈਂ ਹੁਣ ਪਤਾ ਕਿਉਂ ਗੱਲ ਕੀਤੀ ਆ, ਕੁਛ ਤੁਹਾਡਾ ਪੁਆਇੰਟ ਨੋਟ ਕੀਤਾ। ਪਹੁੰਚ ਲਾ ਕੋ, ਕੀ ਨੋਟ ਕੀਤਾ ਦੱਸੋ ਦੱਸੋ। ਜਿਹੜਾ ਪਤਾ ਕੀ ਟੀਚਰ ਹੁੰਦਾ ਪਹਿਲਾਂ ਤੇ ਉਹ ਪੰਜਾਬੀ ਬੋਲਦਾ ਆ, ਸਟੂਡੈਂਟਸ ਨੂੰ ਬਾਅਦ ਚ ਸਿਖਾਉਂਦਾ ਆ, ਤੁਸੀਂ ਆਪ ਅੰਗਰੇਜ਼ੀ ਬੋਲ ਰਹੇ ਹੋ। ਉਹ ਮੈਂ ਤਾਂ ਸਟੂਡੈਂਟ ਆ, ਮੈਂ ਤਾਂ ਸਿੱਖ ਰਹੀ ਆ ਤੁਹਾਡੇ ਕੋਲੋਂ, ਤੁਸੀਂ ਤਾਂ ਨਹੀਂ, ਤੁਸੀਂ ਪਹਿਲਾਂ ਆਪ ਵੀ ਪੰਜਾਬੀ ਚ ਗੱਲ ਕਰਨੀ ਆ ਪ੍ਰੋਗਰਾਮ ਚ, ਜਿੱਦਾਂ ਤੁਸੀਂ ਪ੍ਰੋਗਰਾਮ ਪ੍ਰੋਗਰਾਮ ਕਹਿਤਾ ਬੋਲ ਰਹੇ ਹੋ, ਰਾਈਟ ਇਸ ਇੰਗਲਿਸ਼ ਵਰਡ। ਓਕੇ ਜੀ, ਮੈਂ ਟਰਾਈ ਕਰੂੰਗੀ ਕਿ ਮੈਂ ਅੱਜ ਤੋਂ ਬਾਅਦ ਅੰਗਰੇਜ਼ੀ ਬਹੁਤ ਘੱਟ ਬੋਲਦੀ। ਗਲਤੀ ਪਹਿਲਾਂ ਸਹੀ ਕਰੋ, ਫਿਰ ਬਾਕੀ ਦੇ ਪੰਜਾਬੀ ਸੌਰੀ ਸੌਰੀ ਕੀ ਬੋਲਣਾ ਚਾਹੀਦਾ। ਸੌਰੀ, ਪਰ ਮੈਂ ਉਠਕ ਬੈਠਕ ਕਰਨ ਚੱਲੀ ਆ, ਠੀਕ ਹੈ। ਥੈਂਕ ਯੂ ਜੀ, ਮੇਰੀ ਗਲਤੀ ਕੱਢੀ ਤੁਸੀਂ ਤੁਸੀਂ ਕੰਪੀਟੀਸ਼ਨ ਜਿੱਤਦੇ ਹੋ ਜੀ। ਅਗਲੀ ਵਾਰ ਆਪਾਂ ਨਾਮ ਦੱਸਾਂਗੇ ਕਿੰਨੇ ਕਿੰਨੇ ਕੰਪੀਟੀਸ਼ਨ ਜਿੱਤਿਆ, ਠੀਕ ਹੈ ਜੀ। ਹੁਣ ਵੇਲਾ ਹੋ ਚੱਲਿਆ ਸਾਡੇ ਜਾਣ ਦਾ, ਕਿਉਂਕਿ ਆਪਾਂ ਅਗਲੇ ਟੋਪਿਕ ਦੀ ਡਿਸਕਸ਼ਨਸ ਕਰਨੀਆਂ ਨੇ ਵੀ ਕੱਲ੍ਹ ਤੁਹਾਨੂੰ ਕਿਹੜੇ ਟੋਪਿਕ ਨਾਲ ਰੂਬਰੂ ਕਰਾਉਣਾ, ਠੀਕ ਹੈ ਜੀ। ਅੱਜ ਲੈਂਦੇ ਹਾਂ ਜੀ ਇਜਾਜ਼ਤ, ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ।